ਗਿਆ ਸੀ 29 ਤਰੀਕ ਨੂੰ ਚੰਡੀਗੜ੍ਹ, ਮੇਰੀ ਕੋਲ ਜ਼ਮਾਨਤ ਸੀ, ਜ਼ਮਾਨਤ ਕਰਨ ਮੈਂ ਘਰ ਨਹੀਂ ਆਇਆ 15 ਦਿਨ। ਜਦੋਂ ਮੈਂ 15 ਦਿਨ ਬਾਅਦ ਆਇਆ ਤਾਂ ਮੈਂ ਤਾਲਾ ਹੀ ਆਪਣੇ ਖੋਲ੍ਹੇ ਨੇ ਅਤੇ ਮੈਂ ਦੇਖਿਆ ਮੇਰੇ ਘਰ ਵਿੱਚ ਕਿਹੜਾ ਕਿਹੜਾ ਸਮਾਨ ਨਹੀਂ ਹੈਗਾ। ਉਹਦੇ ਵਿੱਚੋਂ ਮੇਰੇ 5 ਸਿਲੰਡਰ, ਜਿਹੜੀ 2 ਮੇਰੀ ਸੱਸ ਨੇ ਦਿੱਤੇ ਸੀ ਮੈਨੂੰ, ਸੱਸ ਦੀ ਮੇਰੀ ਡੈਥ ਹੋ ਗਈ ਹੈ, 3 ਸਿਲੰਡਰ ਮੇਰੇ ਕੋਲ ਹੈ, 2 ਮੈਨੂੰ ਕਾਪੀ 'ਤੇ ਮਿਲੇ ਨੇ, 1 ਕਮਰਸ਼ੀਅਲ ਸਿਲੰਡਰ ਇਹ ਲੈ ਕੇ ਗਏ ਨੇ, 1 AC ਕੰਪਲੀਟ ਲੈ ਕੇ ਗਏ ਨੇ, ਬਾਕੀ 50 ਤੋਂ 60 ਹਜ਼ਾਰ ਰੁਪਈਆ ਕੈਸ਼ ਉਹ ਲੈ ਕੇ ਗਏ ਨੇ, 4 ਬੈਟਰੀਆਂ ਉਹ ਵਾਲੀਆਂ ਛੋਟੇ ਈਰਿਸ਼ੇ ਦੀਆਂ, ਉਹ 6.5 ਨੰਬਰ ਭਾਰਗੋ ਕੈਂਪ ਵਿੱਚ ਮੇਰਾ ਹਜੇ ਖੜ੍ਹਾ ਈਰਿਸ਼ਕਾ। ਕਿਸੇ ਨੇ ਲਵਾਰੇ ਦੀ ਕੰਪਲੇਂਟ ਕਰਾ ਦਿੱਤੀ ਸੀ, ਬੈਟਰੀਆਂ ਮੇਰੇ ਕੋਲ ਸੀ ਘਰ, ਉਹ ਲੈ ਕੇ ਗਏ ਹੋਏ ਨੇ। ਅਤੇ ਪਲੱਸ ਚੰਡੀਗੜ੍ਹ ਇਕੱਲੇ ਗਏ ਨਾਲ ਤੁਹਾਡੇ ਫੈਮਿਲੀ ਗਈ? ਨਹੀਂ, ਮੇਰੀ ਫੈਮਿਲੀ ਸਾਰੀ ਨਾਲ। ਫੈਮਿਲੀ ਮਤਲਬ ਪਿੱਛੋਂ ਲੋਕ ਲਾ ਗਏ? ਲੋਕ ਲਾ ਗਏ ਸਾਰੇ, ਉੱਪਰ ਵਾਲਾ ਲੋਕ ਵੀ ਟੁੱਟਾ ਸੀ, ਥੱਲੇ ਵਾਲੇ ਲੋਕ ਟੁੱਟਾ ਸੀ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਆ ਕੇ? ਅਤੇ ਜਦੋਂ ਮੈਂ ਆਇਆ ਹਾਂ ਅਤੇ ਮੇਰੇ ਭਰਾ ਨੇ ਮੈਨੂੰ ਦੱਸਿਆ ਵੀ ਇੱਦਾਂ ਤਰ੍ਹਾਂ ਲੋਕ ਟੁੱਟ ਗਿਆ ਸੀ, ਇਹਨਾਂ ਨੇ ਤੋੜਿਆ ਆ ਬੰਦਿਆਂ ਨੇ, ਉਹਨੇ ਨਾਂ ਦੱਸੇ ਮੈਨੂੰ। ਕੀ ਨਾਮ ਉਹਨਾਂ ਦੇ? ਉਹਨਾਂ ਦਾ ਇੱਕ ਰਾਹੁਲ, ਇੱਕ ਹੈਗਾ ਆਰਾ, ਰੰਜੀ ਸ਼ਾਇਦ ਇਹਨਾਂ ਨਾਲ ਕਿਸੇ ਨਾ ਕੋਈ ਲੈਣ ਦੇਣ ਤੁਹਾਡਾ, ਜਿਹੜਾ ਡੇਲੂ ਹੈਗਾ ਆ ਉਹ ਚਿੱਟੇ ਦਾ ਕੰਮ ਕਰਦਾ ਇੱਥੇ, ਇਹਨਾਂ ਦਾ ਆਪਸ ਦਾ ਕਹਿੰਦੇ ਚੋਰ ਸਾਰੇ ਇੱਥੇ ਆਉਂਦੇ ਆ, ਮੇਰੀ ਦੁਕਾਨ ਦੇ ਮੂਹਰੇ ਖੜ੍ਹਦੇ ਨੇ, ਬਹਿੰਦੇ ਨੇ, ਖਾਂਦੇ ਪੀਂਦੇ ਅਤੇ ਸ਼ਰਾਬ ਪੀਂਦੇ ਨੇ। ਤੁਹਾਨੂੰ ਤੁਹਾਡੀ ਕੋਈ ਪੁਰਾਣੀ ਰੰਜਿਸ਼ ਇਹਨਾਂ ਨਾਲ ਜਾਂ ਕਿੱਦਾਂ ਇਹਨਾਂ ਚੀਜ਼ਾਂ ਨਾਲ ਕਰਕੇ? ਨਹੀਂ, ਆਪਣੀ ਕੋਈ ਰੰਜਿਸ਼ ਨਹੀਂ ਹੈਗੀ ਇਹਨਾਂ ਨਾਲ, ਇਹ ਪਹਿਲਾਂ ਕਦੀ ਕੋਈ ਲੜਾਈ ਝਗੜਾ ਚੋਰ ਹੈਗੇ ਨੇ, ਬਹਿਸਬਾਜ਼ੀ ਹੋ ਜੇ, ਇਹ ਪ੍ਰੋਫੈਸ਼ਨਲ ਚੋਰ ਹੈਗੇ ਨੇ, ਠੀਕ ਨਾ। ਇਹਨਾਂ ਦੇ 4 ਨੰਬਰ ਡਿਵੀਜ਼ਨ ਵਿੱਚ ਵੀ ਥਾਣੇ ਵਿੱਚ ਪਰਚੇ ਦਰਜ ਹੈਗੇ ਨੇ, ਜਿਨ੍ਹਾਂ ਵਿੱਚ PO ਹੈਗੇ ਨੇ। ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ? ਪ੍ਰਸ਼ਾਸਨ ਵਿੱਚ ਇਹ ਹੈ ਵੀ ਸਾਡਾ ਜਿਹੜਾ ਇਨਸਾਫ ਸਾਨੂੰ ਦਿੱਤਾ ਜਾਵੇ, ਜੋ ਹੈਗਾ ਸਾਡਾ ਸਮਾਨ ਸਾਨੂੰ ਦਿੱਤਾ ਜਾਵੇ, ਕਿੱਥੇ ਵੀ ਇਹਨਾਂ ਨੇ ਸਮਾਨ ਦਿੱਤਾ ਹੈ, ਜੋ ਵੀ ਹੈ ਸਾਡੀ ਚੀਜ਼ ਸਾਨੂੰ ਮਿਲ ਜਾਵੇ, ਸਾਨੂੰ ਇਹਨਾਂ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਾਰੇ ਨਸ਼ੇੜੀ ਹੈਗੇ ਨੇ, ਟੀਕੇ ਟੁਕੇ ਲਾਉਂਦੇ ਨੇ, ਆਣ ਕੇ ਜੇ ਆਪਾਂ ਇਹਨਾਂ ਨਾਲ ਗੱਲ ਕਰੀਏ ਤੇ 5-7 ਬੰਦੇ ਲੈ ਕੇ, 10 ਬੰਦੇ ਲੈ ਕੇ ਸਾਡੇ ਦੁਆਲੇ ਹੀ ਰਹਿੰਦੇ ਆ। ਅਸੀਂ ਹੈਗੇ ਇਕੱਲੇ ਘਰ ਰਹਿਣ ਵਾਲੇ, ਅਸੀਂ ਘਰੇਲੂ ਅਸੀਂ ਘਰ ਰਹਿਣ ਵਾਲੇ ਹੈਗੇ ਆ। ਇਹ ਨਾਲ ਹੀ ਬੰਦੇ ਲਿਆਉਂਦੇ ਨਸ਼ੇੜੀ, ਉਹਨੂੰ ਸਮਾਨ ਸਮੂਨ ਲਵਾਉਂਦੇ, ਸਮਾਨ ਦਾ ਕੰਮ ਕਰਦੇ ਆ ਚਿੱਟੇ ਦਾ, ਠੀਕ ਆ। ਉਹ ਨਾਲ ਹੀ ਬੰਦੇ ਸਾਡੇ ਕੋਲ ਲਿਆਉਂਦੇ ਸਮਾਨ ਸਮੂਨ ਲਵਾ ਕੇ,